राइटर जस गरेवाल द्वारा लिखी ते उन्हां द्वारा ही डायरेक्ट कीती मूवी बाजरे दा सिट्टा जो अज सिनेमा घरां विच रिलीज हुई है। सो अज दी वीडियो विच इस मूवी दा रिव्यू करांगे, तुहानू दसांगे कि इह मूवी ऑडियंस दे पैसे ते टाइम दा मुल मोड़दी है। वीडियो शुरू करन तो पहलां जे तुसी चैनल ते नवे हो तां सबसक्राइब करके बैल आइकन भी प्रेस कर दिओ तां जो नवे-नवे अपडेट तुहाडे तक पहुंचदी रहन। अजकल हरेक मूवी उस मूवी दे हीरो ते डिपेंड करदी हुंदी है, पर इस मूवी विच हीरो नूं छड्ड के हीरोइनां नूं पहल दित्ती गई है जिन्हां दा करैक्टर तानिया ते नूर चहल ने निभाया है। ते बाकी अदर आर्टिस्ट एमी विर्क, गग्गू गिल, बी एन शर्मा, सीमा कौशल, निर्मल ऋषि ते हॉबी धालीवाल इस मूवी विच देखण नूं मिलदे ने। मूवी दी स्टोरी उदों दी है जदों कुड़ियां नूं हर पक्खों घट समझिया जांदा सी ते बस हरेक कम लई मुंडियां नूं ही पहल दित्ती जांदी सी। ਇਹ ਮੂਵੀ ਉਹਨਾਂ ਬੰਦਿਆਂ ਦੇ ਮੂੰਹ ਤੇ ਚਪੇੜ ਦਾ ਕੰਮ ਕਰਦੀ ਹੈ ਜੋ ਅੱਜ ਵੀ ਕੁੜੀਆਂ ਨੂੰ ਘੱਟ ਸਮਝਦੇ ਹਨ। ਮੂਵੀ ਦੀ ਸਟੋਰੀ ਵਿੱਚ ਦੋ ਕੁੜੀਆਂ ਗਾਉਣ ਦਾ ਸ਼ੌਂਕ ਰੱਖਦੀਆਂ ਨੇ ਤੇ ਉਹ ਗੀਤ ਗਾਉਣਾ ਚਾਹੁੰਦੀਆਂ ਹਨ, ਪਰ ਫਿਰ ਵੀ ਬੈਕਵਰਡ ਸੋਚ ਕਰਕੇ ਉਹਨਾਂ ਨੂੰ ਕੁਝ ਕਰਨ ਨਹੀਂ ਦਿੱਤਾ ਜਾਂਦਾ। ਲੋੜ ਸੀ ਕੁੜੀਆਂ ਨੂੰ ਗਵਾਉਣ ਦੀ, ਹੈ ਕੋਈ ਘਾਟਾ ਤੁਹਾਡੇ? ਪੈਸੇ ਦੀ ਘਾਟ ਸੀ ਤਾਂ ਸਭ ਤੋਂ ਮੰਗ ਲੈਂਦੇ। ਫਿਰ ਇਸ ਦੇ ਵਿੱਚ ਹੀ ਤਾਨੀਆ ਦਾ ਐਮੀ ਵਿਰਕ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ, ਪਰ ਐਮੀ ਵਿਰਕ ਵੀ ਤਾਨੀਆ ਨੂੰ ਸਿੰਗਿੰਗ ਕਰਨ ਤੋਂ ਰੋਕਦਾ ਹੁੰਦਾ ਹੈ। ਮੈਨੂੰ ਇੱਕ ਰੁਕੇ ਤੇ ਸਮਝ ਨਹੀਂ ਆਉਂਦੀ, ਸਾਲਾ ਡੂਰ ਸੋਰੀ ਸਮਝਾ, ਨਹੀਂ ਗਾਉਣਾ ਨਹੀਂ ਗਾਉਣਾ। ਤੂੰ ਬਾਅਦ ਤੋਂ ਮੈਨੂੰ ਗਾਉਂਦੀ ਸੁਣਗੀ ਉਸੇ ਵੇਲੇ ਚੱਕ ਕੇ ਪੇਕੇ ਛੱਡਾਂਗਾ, ਸਮਝ ਆ ਗਈ? ਉਸ ਤੋਂ ਅੱਗੇ ਜੋ ਕੁਝ ਹੁੰਦਾ ਹੈ ਉਹ ਮੂਵੀ ਵਿੱਚ ਦੇਖਣ ਨੂੰ ਹੀ ਮਿਲਦਾ ਹੈ। ਚਲੋ ਇਹ ਤਾਂ ਸਟੋਰੀ ਦੀ ਗੱਲ ਹੋ ਗਈ, ਜੇ ਐਕਟਿੰਗ ਦੀ ਗੱਲ ਕਰੀਏ ਤਾਨੀਆ ਨੂਰ ਚਹਿਲ ਦਾ ਕੰਮ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਾ, ਬਾਕੀ ਅਦਰ ਆਰਟਿਸਟਾਂ ਦਾ ਕੰਮ ਵੀ ਬਹੁਤ ਵਧੀਆ ਸੀ। ਜੇ ਇਸ ਮੂਵੀ ਦੇ ਸੰਗੀਤ ਦੀ ਗੱਲ ਕਰੀਏ ਤਾਂ ਮੂਵੀ ਦੇ ਸਾਰੇ ਗੀਤ ਕਾਫੀ ਕਮਾਲ ਦੇ ਨੇ, ਜਿਸ ਦਾ ਕ੍ਰੈਡਿਟ ਜੈਦੇਵ ਕੁਮਾਰ ਜੀ ਨੂੰ ਜਾਂਦਾ ਹੈ। ਇਸ ਮੂਵੀ ਦੀ ਡਾਇਰੈਕਸ਼ਨ ਤੇ ਆਰਟ ਡਾਇਰੈਕਸ਼ਨ ਵੀ ਬਹੁਤ ਕਮਾਲ ਦੀ ਸੀ। ਇੱਕ ਵਾਰ ਤਾਂ ਮੂਵੀ ਨੂੰ ਦੇਖ ਕੇ ਇਦਾਂ ਲੱਗਦਾ ਸੀ ਕਿ ਸੱਚਮੁੱਚ ਅਸੀਂ ਪੁਰਾਣੇ ਜ਼ਮਾਨੇ ਵਿੱਚ ਚਲੇ ਗਏ ਹਾਂ। ਪਿੰਡਾਂ ਦੇ ਮਾਹੌਲ ਵਿੱਚੋਂ ਪਿੰਡਾਂ ਦੀ ਮਿੱਟੀ ਦੀ ਖੁਸ਼ਬੂ ਬਾਖੂਬੀ ਆਉਂਦੀ ਸੀ। ਇਸ ਦਾ ਪੂਰਾ ਕ੍ਰੈਡਿਟ ਜਸ ਗਰੇਵਾਲ ਤੇ ਉਹਨਾਂ ਦੀ ਟੀਮ ਨੂੰ ਜਾਂਦਾ ਹੈ। ਦੋਸਤੋ ਹਰੇਕ ਚੀਜ਼ ਕਦੇ ਵੀ ਪੂਰੀ ਪਰਫੈਕਟ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਮੂਵੀ ਦਾ ਕਲਾਈਮੈਕਸ ਵੀ ਹੋਰ ਵਧੀਆ ਹੋ ਸਕਦਾ ਸੀ। ਤੇ ਬਾਕੀ ਜੇ ਓਵਰਆਲ ਮੂਵੀ ਦੀ ਗੱਲ ਕਰੀਏ ਤਾਂ ਇਹ ਮੂਵੀ ਮੈਨੂੰ ਬਹੁਤ ਵਧੀਆ ਲੱਗੀ। ਸੋ ਇਹ ਸੀ ਦੋਸਤੋ ਮੇਰਾ ਰਿਵਿਊ ਇਸ ਮੂਵੀ ਲਈ। ਜੇ ਤੁਸੀਂ ਮੂਵੀ ਦੇਖ ਲਈ ਹੈ ਤਾਂ ਨੀਚੇ ਕਮੈਂਟ ਸੈਕਸ਼ਨ ਵਿੱਚ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਇਹ ਮੂਵੀ। ਜੇ ਮੇਰਾ ਰਿਵਿਊ ਚੰਗਾ ਲੱਗਾ ਤਾਂ ਲਾਈਕ ਦੇ ਨਾਲ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਇਹੋ ਜਿਹੇ ਹੋਰ ਰਿਵਿਊਜ਼ ਵੀਡੀਓਜ਼ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਬਾਕੀ ਮੈਂ ਮਿਲਦਾ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਸਤਿ ਸ੍ਰੀ ਅਕਾਲ।